ਪਿੰਡ ਗਲੋਟੀ ਇਹ ਦਾਣਾ ਮੰਡੀ ਇਹ ਗਲੋਟੀ ਖੁਰਦ ਦੇ ਘਰ ਇਹ ਗਲੀ ਇਹਦੇ ਵਿੱਚ ਬਹੁਤ ਸੋਹਣੇ ਮਕਾਨ ਕੋਠੀਆਂ ਬਣੀਆਂ ਹੋਈਆਂ ਹਨ ਇਹ ਕੋਟ ਨੂੰ ਰਸਤਾ ਜਾਂਦਾ ਪਹਿਲਾਂ ਇਹ ਰਸਤਾ ਇਹ ਨਹੀਂ ਸੀ ਹੈਗਾ 50 ਸਾਲ ਪਹਿਲਾਂ ਇਸ ਤੋਂ ਖੱਬੇ ਬੰਨੇ ਇੱਕ ਕੱਚਾ ਰਸਤਾ ਪਿੰਡ ਨੂੰ ਜਾਂਦਾ ਸੀ ਜੋ ਦਾਤਿਆ ਰੋਡ ਤੋਂ ਚੜ੍ਹਦਾ ਸੀ ਗਲੋਟੀ ਨੂੰ ਸਿੱਧਾ ਡਾਂਡੇ ਮਿੰਡੇ ਜਾਂਦਾ ਸੀ ਰੇਤਾ ਰੇਤਾ ਆਉਂਦੀ ਸੀ ਖੱਬੇ ਬੰਨੇ ਮੈਂ ਦਿਖਾਉਣਾ ਕੀ ਚਾਹੁੰਦਾ ਆਹ ਰਿੰਡ ਰਿੰਡਾਂ ਦੇ ਦਰਖਤ ਆ ਇੱਥੇ ਖੱਬੇ ਬੰਨੇ ਸਾਰੇ ਬੰਨੇ ਇੱਕ ਰਿੰਡ ਹੁੰਦੇ ਸੀ ਅਤੇ ਗੋਪਾਲ ਦਾ ਡੈਡੀ ਉਹ ਖੇਤੀ ਕਰਦੇ ਸੀ ਇਸ ਇਹਨਾਂ ਦੀ ਇਹ ਹੁਣ ਦੇਖੋ ਇਹ ਰਿੰਡ ਆਪ ਮਾਰੇ ਉੱਗੇ ਆ ਘੱਟੋ ਘੱਟ 500-600 ਬੂਟੇ ਆਪਣੇ ਆਪ ਹੀ ਉੱਗ ਪਏ ਇਹ ਸੜਕ ਦੇ ਨਾਲ ਨਾਲ ਆਪਣੇ ਆਪ ਹੀ ਉੱਗੇ ਆ ਕਿਸੇ ਨੇ ਬੀਜੇ ਨਹੀਂ ਇਹ ਰਿੰਡਾਂ ਤੋਂ ਸਾਬਣ ਤਿਆਰ ਹੁੰਦਾ ਅਤੇ ਇਹ ਸਿਰਫ ਉੱਧਰੋਂ ਮਿੱਟੀ ਥੋੜ੍ਹੀ ਪਾਈ ਸੜਕ ਨੀਵੀਂ ਹੋ ਗਈ ਸੀਗੀ ਅਤੇ ਮਿੱਟੀ ਪੱਟ ਕੇ ਪਾਈ ਅਤੇ ਉਹਦੇ ਵਿੱਚ ਹੀ ਰਿੰਡਾਂ ਦੇ ਕੋਈ ਬੀਜ ਇੱਧਰ ਆ ਗਏ ਅਤੇ ਇਹ ਰਿੰਡ ਉੱਗ ਪਿਆ ਆਪਣੇ ਆਪ ਹੀ ਇਹ ਸਾਰੇ ਰਿੰਡ ਉੱਗੇ ਹੋਏ ਆ ਆਹ ਜਿੱਥੇ ਹੁਣ ਸਰਾਂ ਬਣ ਗਈ ਆ ਧਰਮਸ਼ਾਲਾ ਬਣੀ ਆ ਜਾਂ ਵਿਆਹਾਂ ਵਾਸਤੇ ਅਤੇ ਇਹ ਸਾਰੇ ਇਸ ਤੋਂ ਤੀਰਥ ਮੋਟਰ ਵਾਲਾ ਬਹੁਤ ਮਸ਼ਹੂਰ ਹੁੰਦਾ ਸੀਗਾ ਬਾਣੀਆਂ ਕਾਉਂਦੇ ਸੀਗੇ ਅਤੇ ਉਹਨਾਂ ਦੇ ਖੇਤਾਂ ਵਿੱਚ ਰਿੰਡ ਹੁੰਦੇ ਸੀ ਕਿਉਂਕਿ ਇੰਨੀ ਵਾਹੀਯੋਗ ਭੂਮੀ ਨਹੀਂ ਸੀ ਹੁੰਦੀ ਪਹਿਲੀ ਉਹਨਾਂ ਕੋਲ ਬਹੁਤ ਸੀ ਪਰ ਰੇਤਾ ਹੋਣ ਕਰਕੇ ਇਸ ਥਾਂ 'ਤੇ ਰਿੰਡ ਹੁੰਦੇ ਸੀ ਬਹੁਤ ਜ਼ਿਆਦਾ ਅਤੇ ਇੱਥੋਂ ਮਿੱਟੀ ਪੱਟ ਕੇ ਸੜਕ ਦੇ ਨਾਲ ਪਾਈ ਅਤੇ ਰਿੰਡ ਉੱਗ ਪਏ ਹੁਣ ਇੱਥੇ ਝੋਨਾ ਵੀ ਉੱਗਦਾ ਕਣਕ ਵੀ ਉੱਗਦੀ ਆ ਆਹ ਥੋੜ੍ਹੀ ਭੂਮੀ ਧਰਮਸ਼ਾਲਾ ਉਹਨੇ ਲੈ ਲਈ ਤਾਂ ਕਰਕੇ ਖਾਲੀ ਆ ਅਤੇ ਤੀਰਥ ਮੋਟਰ ਵਾਲਾ ਉਹ ਉਹਦੀ ਪੈਲੀ ਵਿੱਚ ਰਿੰਡ ਆਪ ਮੁਹਾਰੇ ਉੱਗੇ ਹੁੰਦੇ ਸੀ ਅਤੇ ਫਿਰ ਥੋੜ੍ਹੀ ਭੂਮੀ ਆਬਾਦ ਹੋਈ ਅਤੇ ਜਿਵੇਂ ਆ ਮਕਾਨ ਬਣ ਗਏ ਇੱਥੋਂ ਲੈ ਕੇ ਕੋਟ ਸਿੱਖਾਂ ਅੱਧਾ ਕਿਲੋਮੀਟਰ ਖੇਤ ਹੀ ਖੇਤ ਹੁੰਦੇ ਸੀ ਸਬਜ਼ੀ ਬੀਜਦੇ ਸੀ ਗਾਂ ਪੰਡਤਾਂ ਦੀ ਪੈਲੀ ਸ਼ੁਰੂ ਹੋ ਜਾਂਦੀ ਆ ਅਤੇ ਪੰਡਿਤ ਭਗਤ ਰਾਮ ਉਹ ਸਬਜ਼ੀ ਬੀਜਦੇ ਸੀ ਅਤੇ ਇੱਥੋਂ ਤੱਕ ਇੱਥੋਂ ਕੋਟ ਸਿੱਖਾਂ ਸ਼ੁਰੂ ਹੋ ਜਾਂਦਾ ਖੱਬੇ ਬੰਨੇ ਆਹ ਕੋਟ ਸਿੱਖਾਂ ਸ਼ੁਰੂ ਆ ਇੱਥੋਂ ਅਤੇ ਇੱਥੋਂ ਪਿੱਛੇ ਆ ਗਲੋਟੀ ਆ ਆਹ ਗਲੋਟੀ ਦੀ ਕੰਧ ਆ ਆਹ ਏਰੀਆ ਗਲੋਟੀ ਦਾ ਸਾਰਾ ਇੱਥੋਂ ਗਲੋਟੀ ਸ਼ੁਰੂ ਹੋ ਜਾਂਦਾ ਅਤੇ ਆਹ ਦੇਖੋ ਰਿੰਡ ਆਪ ਮਾਰੇ ਅੱਗੇ ਇਹਨਾਂ ਦਾ ਅੱਗੇ ਸਾਬਣ ਬਣਾਇਆ ਜਾਂਦਾ ਸੀਗਾ ਸਾਬਣ ਕਾਲੇ ਰੰਗ ਦਾ ਬਣਦਾ ਸੀ ਕੱਪੜੇ ਧੋਣ ਦੇ ਕੰਮ ਵਧੀਆ ਆਉਂਦਾ ਸੀਗਾ ਇਹ ਸਾਰੀਆਂ ਦੁਕਾਨਾਂ ਆਹ ਕੋਟ ਸਿੱਖਾਂ ਦਾ ਰਕਬਾ ਸ਼ੁਰੂ ਆ ਉਹ ਬਹੁਤ ਪੁਰਾਣਾ ਸ਼ੈਲਰ ਆ ਸਾਡੇ ਵੇਲੇ ਜਾਣੀ ਕਿ ਅਸੀਂ 5ਵੀਂ 6ਵੀਂ 'ਚ ਪੜ੍ਹਦੇ ਹੋਵਾਂਗੇ ਅਤੇ ਅਸੀਂ ਫੱਕ ਲੈਣ ਆਉਂਦੇ ਸੀ ਇਹ ਸ਼ੈਲਰ ਅਤੇ ਅੱਗੇ ਬਾਗ ਆ ਬਾਗ ਬਹੁਤ ਵਿਸ਼ਾਲ ਬਾਗ ਆ ਪਹਿਲਾਂ ਇੱਥੇ ਫਲਦਾਰ ਬੂਟੇ ਬਹੁਤ ਹੁੰਦੇ ਸੀ ਅਤੇ ਖੱਬੇ ਬੰਨੇ ਝਾੜੀਆਂ ਹੁੰਦੀਆਂ ਸੀਗੀਆਂ ਗਲੋਟੀ ਜਾਣ ਤੋਂ ਲੋਕਾਂ ਨੂੰ ਡਰ ਲੱਗਦਾ ਸੀਗਾ ਵੀ ਇੰਨੇ ਸਾਰ ਕਾਂ ਕਾਨੇ ਬੁੱਝੇ ਬਹੁਤ ਹੁੰਦੇ ਸੀ ਬੁੱਚੜ ਹੁਣ ਵੀ ਬਾਗ ਹੈ ਉਸ ਬਾਗ ਦੇ ਵਿੱਚ ਥੋੜ੍ਹੀ ਬਹੁਤ ਖੇਤੀ ਕਰਦੇ ਆ ਬਾਕੀ ਜਾਮ ਨੂੰ ਅੰਬ ਅਤੇ ਫਲਦਾਰ ਬੂਟੇ ਹੋਣ ਕਰਕੇ ਇਹਦਾ ਨਾਮ ਬਾਗ ਸੀਗਾ ਅਤੇ ਇਹ ਸਾਰਾ ਬਾਗ ਅੱਜ ਵੀ ਆ ਅਤੇ ਕਾਫੀ ਪੁਰਾਣਾ ਬਾਗ ਆ 100 ਸਾਲ ਪੁਰਾਣਾ ਬਾਗ ਇਹਦਾ ਨਾਂ ਹੀ ਬਾਗ ਆ ਅਤੇ ਇੱਥੇ ਹੁਣ ਸਾਧੂ ਮਹਾਤਮਾ ਰਹਿੰਦੇ ਆ ਇੱਕ ਆ ਗਲੀ ਇਹ ਸਾਰਾ ਬਜ਼ਾਰ ਇੱਥੇ ਮੈਂ ਜਦੋਂ ਕੇਬਲ ਦਾ ਕੰਮ ਕਰਦਾ ਸੀ ਅਤੇ ਇੱਥੇ ਬਾਂਸ ਲਗਾ ਕੇ ਉੱਪਰ ਤਾਰ ਬੰਨ੍ਹ ਕੇ ਪਿੰਡ ਲੈ ਕੇ ਜਾਂਦਾ ਸੀ ਕੋਈ ਘਰ ਨਹੀਂ ਸੀਗਾ ਕੋਈ ਵੀ ਘਰ ਨਹੀਂ ਸੀਗਾ ਅਤੇ ਸਾਡੀ ਹਨੇਰੀ ਨਾਲ ਬਾਂਸ ਲਾ ਕੇ ਕੇਬਲ ਡਿੱਗ ਪੈਂਦੀ ਸੀ ਪਰ ਜੇ ਅੱਜ ਸ਼ੁਰੂ ਕਰਨਾ ਹੋਵੇ ਤਾਂ ਅੱਜ ਕੇਬਲ ਲੋਕਾਂ ਦੇ ਘਰਾਂ ਘਰਾਂ ਵੇਚਦੀ ਆ ਜੂਗੀ ਕੋਟ ਸਿੱਖਾਂ ਜਦੋਂ ਸ਼ੁਰੂ ਹੁੰਦਾ ਸੀ ਉੱਥੋਂ ਗਾਂ ਏਰੀਆ ਕੋਟ ਸਿੰਘਾਂ ਦਾ ਸੀ ਉਦੋਂ ਗਾਂ ਏਰੀਆ ਮੇਰਾ ਜਿੰਦਰ ਅਤੇ ਪਿੰਦਰ ਦਾ ਹੁੰਦਾ ਸੀ ਅਤੇ ਅਸੀਂ ਬਾਂਸ ਬੰਨ੍ਹ ਕੇ ਗਲੋਟੀ ਪਿੰਡ 2.5 ਕਿਲੋਮੀਟਰ ਤਾਰ ਪਾ ਕੇ ਲੈ ਕੇ ਗਏ ਇਹ 90-92 ਦੀ ਗੱਲ ਆ ਸਾਡਾ ਸ਼ੈਲਰ ਯਾਦਗਿਰੀ ਸ਼ੈਲਰ ਇੱਥੋਂ ਅਸੀਂ ਫੱਕ ਲੈ ਕੇ ਜਾਂਦੇ ਸੀ
ਪਸ਼ੂਆਂ ਥੱਲੇ ਸੁੱਕ ਪਾਉਣ ਵਾਸਤੇ ਫ੍ਰੀ, ਕੋਈ ਪੈਸਾ ਨਹੀਂ। ਜਿੰਨੀ ਮਰਜ਼ੀ ਫੱਕ ਲੈ ਜਾਓ, ਪੰਡਾਂ ਬੰਨ ਕੇ ਲੈ ਜਾਓ, ਉਦੋਂ ਫੱਕ ਦਾ ਕੋਈ ਕਾਢ ਨਹੀਂ ਨਿਕਲੀ ਸੀ। ਹੁਣ ਤਾਂ ਫੱਕ ਤੋਂ 50 ਚੀਜ਼ਾਂ ਬਣਾਉਂਦੇ ਆ ਅਤੇ ਉਹੀ ਆਪਾਂ ਖਾਂਦੇ ਹਾਂ। ਘਿਓ ਤੇਲ ਫੱਕ ਦਾ ਤਿਆਰ ਕਰਦੇ ਆ। ਸੜਕ 'ਤੇ ਕੋਈ ਦੁਕਾਨ ਜਾਂ ਘਰ ਨਹੀਂ ਸੀ ਹੁੰਦਾ 92 ਵਿੱਚ, ਕਿਉਂਕਿ ਤਾਰ ਬੰਨ ਕੇ ਜਾਣੀ ਔਖੀ ਸੀ। ਸਿਰਫ ਇੱਕ ਅੱਧਾ ਰਸਤੇ ਦੇ ਵਿੱਚ ਮਕਾਨ ਹੁੰਦਾ ਸੀ। ਇਹ ਬਾਗ, ਬਾਗ ਦੇ ਵਿੱਚ ਸ਼ੈਲਰ ਲਾਇਆ ਆ ਅਤੇ ਆਪ ਦੇਖੋ ਕਿੱਡੇ ਪੁਰਾਣੇ ਪਿੱਪਲ, ਬੋਹੜ, ਦਰਖਤ। ਕਿੰਨੇ ਸੋਹਣੇ ਕਾਂ ਘਰ ਬਣ ਗਏ। ਇੱਥੇ ਸਬਜ਼ੀ ਬੀਜੀ ਜਾਂਦੀ ਸੀਗੀ। ਇਹ ਬਾਗ ਨੂੰ ਰਸਤਾ ਜਾਂਦਾ, ਗਾਂ ਮੋਗਾ ਰੋਡ ਸ਼ੁਰੂ ਹੋ ਜਾਂਦਾ। ਇਹ ਬਾਗ, ਇਹ ਬਾਗ ਦੀ ਕੰਧ, ਇੱਥੇ ਪਸ਼ੂਆਂ ਦੀ ਟਾਲ ਮੰਡੀ। ਸਵੇਰੇ ਸਵੇਰੇ ਪੱਠੇ ਲੈਣ ਵਾਸਤੇ ਸਾਰੇ ਖਰੀਦੋ ਫਰੋਖਤ ਇੱਥੇ ਕਰਦੇ ਸੀ। ਪਹਿਲਾਂ ਪੱਠਿਆਂ ਦੀ ਮੰਡੀ ਮਿਸੀਪਾ ਰੋਡ 'ਤੇ ਹੁੰਦੀ ਸੀ ਜਦੋਂ ਮੈਂ 6ਵੀਂ 7ਵੀਂ ਪੜ੍ਹਦਾ ਸੀ। ਫਿਰ ਜਦੋਂ 10ਵੀਂ ਕਲਾਸ 'ਚ ਹੋਇਆ ਇੱਥੇ ਮੰਡੀ ਚਲੀ ਗਈ। ਇੱਥੇ ਟਰੈਕਟਰ ਟਰਾਲੀਆਂ ਲਾ ਕੇ ਇੱਥੇ ਟਾਲ ਹੁੰਦੇ ਸੀ, ਕੰਡੇ ਹੁੰਦੇ ਸੀ 20-25, ਅਤੇ ਇੱਥੇ ਪੱਠੇ ਹੁੰਦੇ ਸੀ। ਆ ਸਾਰੇ ਏਰੀਆ 'ਚ ਅਸੀਂ ਪੱਠੇ ਲੈਣ ਜਾਂਦੇ ਆਉਂਦੇ ਸੀਗੇ, ਸਾਰੇ ਕਿਸਾਨ ਇੱਥੇ ਪੱਠੇ ਵੇਚਦੇ ਸਨ। ਅਤੇ ਹੁਣ ਸੀਤਾ ਰੋਡ 'ਤੇ ਚਲੀ ਗਈ ਆ। ਇਹ ਸੀਤਾ ਰੋਡ 'ਤੇ ਗਊਸ਼ਾਲਾ ਦੇ ਬਿਲਕੁਲ ਨਾਲ ਆ ਦੇਖੋ ਬਾਗ ਦਾ ਵਿਸ਼ਾਲ ਦ੍ਰਿਸ਼। ਇਹ ਬਾਗ ਆ, ਇੱਥੇ ਹੁਣ ਥੋੜ੍ਹੀ ਜਿਹੀ ਭੂਮੀ ਨੂੰ ਸਹੀ ਕਰਕੇ ਅਤੇ ਠੇਕੇ 'ਤੇ ਜਾਂ ਆਪ ਬੀਜਦੇ ਕਣਕ, ਅਤੇ ਗਾਂ ਸੜਕ ਸ਼ੁਰੂ ਹੋ ਜਾਂਦੀ ਆ ਮੋਗਾ ਰੋਡ ਨੂੰ। ਇਹ 25 ਕਿੱਲੇ ਘੱਟੋ ਘੱਟ ਬਾਗ ਦੇ ਥਾਂ ਆ ਬਾਗ ਦੀਆਂ ਦੁਕਾਨਾਂ ਸ਼ੁਰੂ ਹੋ ਜਾਂਦੀਆਂ। ਸੱਜੇ ਬੰਨੇ ਬਾਗ ਦੀਆਂ ਦੁਕਾਨਾਂ, ਅਤੇ ਇੱਥੇ ਆ ਪੰਡਿਤ ਭਗਤ ਰਾਮ ਦੀ ਵਾੜੀ, ਇਹ ਉਹਨਾਂ ਦੀਆਂ ਥਾਂ ਹੁੰਦੀ ਸੀਗੀ। ਅਤੇ ਇੱਥੇ ਪੱਠੇ ਵਗੈਰਾ ਬੀਜਦੇ ਸੀ, ਸਬਜ਼ੀ ਬਹੁਤ ਲਾਉਂਦੇ ਸੀ। ਇੱਥੇ ਮੈਂ ਜਦੋਂ ਦੁਕਾਨ ਹੁੰਦੀ ਸੀ ਜਿੱਥੇ ਮੋਟਰਸਾਈਕਲ ਖੜ੍ਹਾ, ਇੱਥੇ ਇੱਕ ਚੱਕੀ ਹੁੰਦੀ ਸੀ, ਚੱਕੀ ਦੇ ਨਾਲ ਮੇਰੀ ਦੁਕਾਨ ਹੁੰਦੀ ਸੀਗੀ। ਅਤੇ ਆਹ ਸਾਰਾ ਏਰੀਆ ਸਬਜ਼ੀ ਬੀਜਦੇ ਸੀ, ਅਤੇ ਸਾਹਮਣੇ ਇੱਕ ਸਟੋਰ ਹੁੰਦਾ ਸੀ ਸੱਜੇ ਬੰਨੇ, ਅਤੇ ਇਹ ਸਟੋਰ ਬਹੁਤ ਉੱਚਾ ਹੁੰਦਾ ਸੀ ਅਤੇ ਸੜਕ ਬਹੁਤ ਨੀਵੀਂ ਹੁੰਦੀ ਸੀਗੀ। ਹੁਣ ਬਾਜ਼ਾਰ ਬਹੁਤ ਉੱਚਾ ਹੋ ਗਿਆ, ਅਤੇ ਹੁਣ ਕਿੰਨਾ ਬਦਲ ਗਿਆ ਸਾਰਾ ਸਿਸਟਮ, ਹੁਣ ਕੋਰਸ ਸਿੱਖਣਾ ਸ਼ੁਰੂ ਹੋ ਗਿਆ।